ਆਪਣੇ ਜੀਵਨ ਕਾਲ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਦੁਨੀਆਂ ਦੇ ਲੋਕਾਂ ਮੇਰੇ ਸਰੀਰ ਨਾਲ ਨਾ ਜੁੜ ਜਾਣਾ, ਅਸਲ ਦੇ ਵਿੱਚ ਬਾਣੀ ਗੁਰੂ ਜੇ, ਗੁਰੂ ਦੇ ਗਿਆਨ ਨਾਲ ਜੁੜਨਾ, ਗੁਰੂ ਦੀ ਬਾਣੀ ਨਾਲ ਜੁੜਨਾ। ਬੇਸ਼ੱਕ ਜਿਸ ਸਰੀਰ ਤੋਂ ਬਾਣੀ ਉਚਾਰਨ ਹੋਈ, ਜਿਸ ਹਿਰਦੇ ਵਿੱਚ ਅਕਾਲ ਪੁਰਖ ਦੀ ਇਲਾਹੀ ਬਾਣੀ ਨਾਜ਼ਲ ਹੋਈ, ਉਸ ਨਾਨਕ ਨੂੰ ਵੀ ਅਸੀਂ ਗੁਰੂ ਆਖਿਆ, ਸੰਸਾਰ ਨੇ ਗੁਰੂ ਮੰਨਿਆ। ਉਹਨਾਂ ਸਾਰੇ ਗੁਰੂ ਸਾਹਿਬਾਨ ਨੂੰ ਜਿਨ੍ਹਾਂ ਦੇ ਅੰਦਰ ਨਾਨਕ ਜੋਤ ਪ੍ਰਕਾਸ਼ਮਾਨ ਹੋਈ, ਅਸੀਂ ਉਹਨਾਂ ਨੂੰ ਗੁਰੂ ਦਾ ਮਾਣ ਦਿੱਤਾ, ਲੇਕਿਨ ਗੁਰੂ ਨੇ ਸਦਾ ਹੀ ਸਾਨੂੰ ਆਪਣੇ ਸਰੀਰ ਨਾਲ ਨਹੀਂ, ਬਾਣੀ ਦੇ ਨਾਲ ਜੋੜਿਆ, ਗਿਆਨ ਦੇ ਨਾਲ ਜੋੜਿਆ। ਅੱਜ ਮੈਂ ਗੱਲ ਇੱਥੋਂ ਹੀ ਸ਼ੁਰੂ ਕਰਨਾ ਚਾਹਾਂਗਾ। ਅਸੀਂ ਬਜਾਏ ਗੁਰੂ ਦੇ ਗਿਆਨ ਨਾਲ ਜੁੜਨ ਦੇ, ਇੱਕ ਸੁਭਾਅ ਹੈ ਸਾਡਾ ਸੂਰਤਾਂ ਨਾਲ ਜੁੜਨ ਦਾ, ਮੂਰਤਾਂ ਨਾਲ ਜੁੜਨ ਦਾ, ਗੁਰੂ ਦੀਆਂ ਮਨੋਕਲਪਤ ਫੋਟੋ ਬਣਾ ਲਈਆਂ। ਸੱਚ ਜਾਣੋ, ਦੁਨੀਆਂ ਦੇ ਵਿੱਚ ਕੋਈ ਵੀ ਕਿਸੇ ਗੁਰੂ ਪਾਤਸ਼ਾਹ ਦੀ ਫੋਟੋ ਅਸਲੀ ਫੋਟੋ ਨਹੀਂ ਦੇ। ਸਾਡੇ ਚੰਡੀਗੜ੍ਹ ਦੇ ਵਿੱਚ ਇੱਕ ਆਰਟ ਗੈਲਰੀ ਹੈ, ਬੜੀਆਂ ਪੁਰਾਣੀਆਂ ਪੁਰਾਣੀਆਂ ਪੇਂਟਿੰਗਸ ਨੇ ਉੱਥੇ, ਸਨ 1200 ਈਸਵੀ ਦੀਆਂ, 1300 ਈਸਵੀ ਦੀਆਂ, ਉਸ ਸਮੇਂ ਦੀਆਂ ਪੇਂਟਿੰਗਸ ਨੇ ਉੱਥੇ। ਉੱਥੇ ਦੇ ਡਾਇਰੈਕਟਰ ਸਨ VN ਸਿੰਘ, ਡਾਕਟਰ VN ਸਿੰਘ। ਇੱਕ ਵਾਰੀ ਉਹਨਾਂ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਇੱਕ ਉੱਥੇ ਐਗਜ਼ੀਬਿਸ਼ਨ ਲਗਾਈ ਸੀ ਸਿੱਖ ਪੇਂਟਿੰਗਸ ਦੀ। ਉਸ ਐਗਜ਼ੀਬਿਸ਼ਨ ਦੇ ਵਿੱਚ ਹੀ ਉਹਨਾਂ ਨੇ ਇੱਕ ਸੈਮੀਨਾਰ ਰੱਖਿਆ, ਅਤੇ ਉਸ ਸੈਮੀਨਾਰ ਦੇ ਵਿੱਚ ਉਹਨਾਂ ਨੂੰ ਮੈਂ ਸਵਾਲ ਕੀਤਾ ਕਿ ਪੇਂਟਿੰਗ ਦਾ ਰਿਵਾਜ਼ ਕਦੋਂ ਦਾ ਪਿਆ, ਪੇਂਟਿੰਗਸ ਕਦੋਂ ਤੋਂ ਪ੍ਰਚਲਿਤ ਨੇ, ਬਣਨੀਆਂ ਸ਼ੁਰੂ ਹੋਈਆਂ ਨੇ। ਉਹ ਕਹਿਣ ਲੱਗੇ ਜੀ 12ਵੀਂ ਸਦੀ ਤੋਂ ਤਾਂ ਬਹੁਤ ਸਾਰੀਆਂ ਪੇਂਟਿੰਗ ਮਿਲਦੀਆਂ ਨੇ, 11ਵੀਂ ਸਦੀ ਤੋਂ ਵੀ ਮਿਲਦੀਆਂ ਨੇ, ਕੋਈ ਕਦੀ ਵਿਰਲੀ ਜਿਹੜੀ ਉਹ 10ਵੀਂ ਸਦੀ ਤੋਂ ਵੀ ਮਿਲ ਜਾਂਦੀ ਹੈ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਡੇ ਕੋਲ ਜਿੰਨਾ ਖਜ਼ਾਨਾ ਹੈ, ਇਹਦੇ ਵਿੱਚ ਸਿੱਖ ਪੇਂਟਿੰਗਸ ਕਦੋਂ ਤੋਂ ਨੇ ਤੁਹਾਡੇ ਕੋਲ? ਕਹਿੰਦੇ ਜੀ ਸਿੱਖ ਪੇਂਟਿੰਗਸ ਜਿਹੜੀਆਂ ਨੇ ਸਾਡੇ ਕੋਲ ਉਹ 18ਵੀਂ ਸਦੀ ਤੋਂ ਅੱਗੋਂ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਾਡਾ ਗੁਰੂ ਕਾਲ ਜਿਹੜਾ 15ਵੀਂ ਸਦੀ ਦੇ ਮੱਧ ਤੋਂ ਸ਼ੁਰੂ ਹੁੰਦਾ, 1469 ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਅਤੇ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਲੇ ਗਏ ਸਰੀਰ ਕਰਕੇ, ਅਤੇ 18ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਿਹੜਾ ਉਦੋਂ ਤੱਕ ਚੱਲਦਾ। ਤੁਹਾਡੇ ਕੋਲ ਜਿੰਨੀਆਂ ਪੇਂਟਿੰਗ ਨੇ 18ਵੀਂ ਸਦੀ ਤੋਂ ਅੱਗੋਂ ਨੇ, ਇਹਦਾ ਮਤਲਬ ਗੁਰੂ ਕਾਲ ਦੇ ਵਿੱਚ ਤਾਂ ਕੋਈ ਪੇਂਟਿੰਗ ਨਹੀਂ ਬਣੀ। ਕਹਿਣ ਲੱਗਾ ਜੀ ਸਾਡੇ ਕੋਲ ਕੋਈ ਨਹੀਂ ਹੈ। ਮੈਂ ਕਿਹਾ ਜੀ ਹੁੰਦੀ, ਤੁਹਾਡੇ ਕੋਲ ਇੰਨਾ ਖਜ਼ਾਨਾ ਹੈ ਤਾਂ ਕੋਈ ਗੁਰੂ ਸਾਹਿਬਾਨ ਦੀ ਵੀ ਹੁੰਦੀ। ਸਾਡੇ ਗੁਰੂ ਸਾਹਿਬਾਨ ਜਿਹੜੇ ਨੇ ਕੋਈ ਇੰਨੇ ਅਨਇੰਪੋਰਟੈਂਟ ਬੰਦੇ ਨਹੀਂ ਸਨ ਕਿ ਉਹਨਾਂ ਦੀ ਕੋਈ ਪੇਂਟਿੰਗ ਨਾ ਬਣਾਉਣਾ ਚਾਹੇ। ਆਪ ਸਮਰੱਥ ਸਨ, ਜੇ ਆਪ ਚਾਹੁੰਦੇ ਤਾਂ ਆਪਣੀ ਪੇਂਟਿੰਗ ਬਣਾ ਸਕਦੇ ਸਨ, ਲੇਕਿਨ ਕਿਸੇ ਗੁਰੂ ਪਾਤਸ਼ਾਹ ਨੇ ਨਾ ਆਪਣੀ ਪੇਂਟਿੰਗ ਬਣਵਾਈ ਨਾ ਬਣਨ ਦਿੱਤੀ। ਕਾਰਨ ਇਹ ਸੀ ਕਿ ਗੁਰੂ ਸਾਨੂੰ ਸਰੀਰ ਨਾਲ ਨਹੀਂ ਜੋੜਨਾ ਚਾਹੁੰਦਾ ਸੀ, ਗੁਰੂ ਸਾਨੂੰ ਇਲਾਹੀ ਗਿਆਨ ਦੇ ਨਾਲ ਜੋੜਨਾ ਚਾਹੁੰਦਾ ਸੀ। ਅਸੀਂ ਗੁਰੂ ਦੇ ਐਡੇ ਲਾਇਕ ਸੰਤਾਨ ਹਾਂ, ਪਤਾ ਨਹੀਂ ਕਿੰਨੀਆਂ ਪੇਂਟਿੰਗਸ ਬਣਾ ਲਈਆਂ। ਹੁਣ ਉਹ ਕਲਪਤ ਫੋਟੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ, ਔਰ ਅੱਜ ਉਹਨਾਂ ਪੇਂਟਿੰਗਸ ਦੇ ਰਾਹੀਂ ਹੀ ਸਿੱਖ ਆਪਣੀ ਭਾਵਨਾ ਜ਼ਾਹਰ ਕਰ ਰਿਹਾ। ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦੀਆਂ ਬੜੀਆਂ ਵਧਾਈਆਂ ਆਈਆਂ। ਹੈਰਾਨਗੀ ਦੀ ਗੱਲ ਹੈ ਕਿ ਜੇ 100 ਆਈਆਂ ਤਾਂ 100 ਦੇ ਵਿੱਚੋਂ 80 ਫੋਟੋਆਂ ਵਾਲੀਆਂ ਸਨ। ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਫੋਟੋ ਦੇ ਵਿੱਚ ਉਹਨਾਂ ਦੀ ਪਛਾਣ ਬਣ ਸਕਦੀ ਹੈ? ਔਰ ਇਹਨਾਂ ਫੋਟੋਆਂ ਦਾ ਸਿਲਸਿਲਾ ਕਿੰਨਾ ਖਤਰਨਾਕ ਹੈ ਉਹਦਾ ਅਸੀਂ ਅੰਦਾਜ਼ਾ ਲਗਾ ਕੇ ਦੇਖੀਏ, ਅਸੀਂ ਸ਼ਾਇਦ ਕਦੀ ਸੋਚਿਆ ਨਹੀਂ ਹੋਏਗਾ। ਇਹਨਾਂ ਫੋਟੋਆਂ ਦੇ ਰਾਹੀਂ ਕਈ ਕੁਝ ਕਬੂਲ ਕਰਵਾ ਲਿਆ ਜਾਂਦਾ ਹੈ। ਇੱਕ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਮੈਂ ਦੱਸਾਂ, ਸ਼ਾਇਦ ਕਈਆਂ ਨੂੰ ਇਸ ਗੱਲ ਤੋਂ ਹੈਰਾਨਗੀ ਵੀ ਹੋਏਗੀ। ਅਕਸਰ ਅਸੀਂ ਸੁਣਿਆ ਹੋਇਆ ਬਚਪਨ ਤੋਂ, ਅਸੀਂ ਵੀ ਸੁਣਦੇ ਵੀ ਆਏ, ਜਿਸਲੇ ਪੜ੍ਹਿਆ ਨਹੀਂ ਸੀ ਅਤੇ ਸੁਣਦੇ ਵੀ ਆਏ, ਮੰਨਦੇ ਵੀ ਆਏ ਕਿ ਗੁਰੂ ਨਾਨਕ ਪਾਤਸ਼ਾਹ ਦੇ ਦੋ ਸਾਥੀ ਸਨ, ਇੱਕ ਭਾਈ ਬਾਲਾ ਅਤੇ ਇੱਕ ਮਰਦਾਨਾ।
ਹੁਣ ਸੱਚਾਈ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਇੱਕੋ ਸਾਥੀ ਸੀ ਭਾਈ ਮਰਦਾਨਾ, ਬਾਲਾ ਨਾਂ ਦਾ ਕੋਈ ਵਿਅਕਤੀ ਨਹੀਂ ਹੋਇਆ। ਫਿਰ ਬਾਲਾ ਕਿੱਥੋਂ ਆ ਗਿਆ? ਗੁਰੂ ਨਾਨਕ ਪਾਤਸ਼ਾਹ ਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕਰਨ ਦੇ ਵਾਸਤੇ ਇੱਕ ਕਿਤਾਬ ਲਿਖਣੀ ਸੀ, ਉਸ ਕਿਤਾਬ ਨੂੰ ਔਥੈਂਟੀਕੇਟਡ ਬਣਾਉਣਾ ਸੀ। ਔਥੈਂਟੀਕੇਟਡ ਬਣਾਉਣ ਦੇ ਵਾਸਤੇ ਬਾਲਾ ਨਾਂ ਦਾ ਇੱਕ ਕਰੈਕਟਰ ਪੈਦਾ ਕੀਤਾ ਗਿਆ, ਉਸ ਬਾਲੇ ਦੇ ਨਾਂ ਦੇ ਉੱਤੇ ਜਨਮ ਸਾਖੀ ਲਿਖੀ ਗਈ ਔਰ ਉਸ ਬਾਲੇ ਨੂੰ ਫੋਟੋਆਂ ਰਾਹੀਂ ਪ੍ਰਵਾਨ ਕਰਵਾਇਆ ਗਿਆ। ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਫੋਟੋ ਛਾਪ ਦਿੱਤੀਆਂ ਗਈਆਂ, ਵਿੱਚ ਗੁਰੂ ਨਾਨਕ ਪਾਤਸ਼ਾਹ ਬੈਠੇ ਨੇ, ਇੱਕ ਪਾਸੇ ਮਰਦਾਨਾ ਜੀ ਰਬਾਬ ਲੈ ਕੇ ਬੈਠੇ ਨੇ ਅਤੇ ਦੂਸਰੇ ਪਾਸੇ ਕੋਈ ਬਾਲਾ ਨਾਂ ਦਾ ਮਨੋਕਲਪਿਤ ਵਿਅਕਤੀ ਜਿਹੜਾ ਉਹ ਚੌਰ ਲੈ ਕੇ ਬੈਠਾ ਹੈ। ਉਹ ਫੋਟੋ ਬਣਾ ਕੇ ਬਾਲਾ ਨਾਂ ਦਾ ਕਿਰਦਾਰ ਜਿਹੜਾ ਪ੍ਰਵਾਨ ਕਰਾ ਲਿਆ ਗਿਆ, ਬਿਲਕੁਲ ਉਵੇਂ ਜਿਵੇਂ ਮਨੋਕਲਪਿਤ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋ ਬਣਾ ਕੇ ਉਹਨਾਂ ਨੂੰ ਪ੍ਰਵਾਨ ਕਰਾ ਲਿਆ ਗਿਆ ਕਿ ਸੱਚਮੁੱਚ ਨੇ, ਮਨੋਕਲਪਤ ਨੇ, ਲੇਕਿਨ ਫੋਟੋਆਂ ਨਾਲ ਪ੍ਰਵਾਨ ਕਰਵਾ ਲਿਆ ਗਿਆ, ਮੂਰਤੀਆਂ ਨਾਲ ਪ੍ਰਵਾਨ ਕਰਵਾ ਲਿਆ ਗਿਆ। ਉਸੇ ਤਰ੍ਹਾਂ ਬਾਲੇ ਦੀ ਇੱਕ ਫੋਟੋ ਬਣਾ ਕੇ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇੱਕ ਮਨੋਕਲਪਿਤ ਵਿਅਕਤੀ ਦੀ ਫੋਟੋ ਬਣਾ ਕੇ ਉਹਨੂੰ ਉਸੇ ਕੌਮ ਦੇ ਵਿੱਚ ਪ੍ਰਵਾਨ ਕਰਵਾ ਲਿਆ ਗਿਆ ਔਰ ਉਹਦੇ ਪ੍ਰਵਾਨ ਹੋਣ ਨਾਲ ਉਹ ਬਾਲਿਆ ਲਈ ਜਨਮ ਸਾਖੀ ਪ੍ਰਵਾਨ ਹੋ ਗਈ। ਅਤੇ ਜੇ ਬਾਲਿਆ ਲਈ ਜਨਮ ਸਾਖੀ ਨੂੰ ਅਸੀਂ ਸੱਚ ਮੰਨ ਲਈਏ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਕਰੈਕਟਰ ਦੇ ਉੱਤੇ ਉਹਨੇ ਐਸੀਆਂ ਉਂਗਲਾਂ ਚੁੱਕੀਆਂ ਨੇ ਕਿ ਮੈਂ ਤੁਹਾਨੂੰ ਸੰਗਤ 'ਚ ਦੱਸ ਨਹੀਂ ਸਕਦਾ। ਇਹ ਜੇ ਫੋਟੋਆਂ ਦਾ ਅਸਰ, ਜਿਸ ਤਰ੍ਹਾਂ ਅਸੀਂ ਫੋਟੋਆਂ ਦੇ ਵਿੱਚ ਉਲਝਾਉਂਦੇ ਹਾਂ। ਇੱਕ ਹੋਰ ਅਕਸਰ ਚਰਚਾ ਚੱਲਦੀ ਹੈ ਔਰ ਇਹ ਚਰਚਾ ਜਿਹੜੀ ਹੈ ਅਕਾਰਥ ਨਹੀਂ ਸਕਾਰਥ ਹੈ ਕਿ ਸਾਨੂੰ ਜੋ ਤਿਉਹਾਰ ਮਨਾਉਣੇ ਚਾਹੀਦੇ ਨੇ ਉਹ ਸਮਝ ਕੇ ਗੁਰਮਤ ਅਨੁਸਾਰ, ਜੋ ਗੁਰਮਤ ਅਨੁਸਾਰੀ ਨੇ ਉਹ ਹੀ ਮਨਾਉਣੇ ਚਾਹੀਦੇ ਨੇ, ਗੁਰਮਤ ਤੋਂ ਬਾਹਰ ਜਾ ਕੇ ਨਹੀਂ ਮਨਾਉਣੇ ਚਾਹੀਦੇ। ਹੁਣ ਇੱਕ ਤਿਉਹਾਰ ਹੈ ਉਹਨਾਂ 'ਚੋਂ ਰੱਖੜੀ, ਅਕਸਰ ਗੱਲਾਂ ਹੁੰਦੀਆਂ ਨੇ ਵੀ ਸਿੱਖ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਜਿੰਨਾ ਚਿਰ ਤਾਂ ਸਿੱਖ ਚੁੱਪ ਕਰਕੇ ਰੱਖੜੀ ਬੰਨ੍ਹੀ ਗਿਆ ਅਤੇ ਬਣਾਈ ਗਿਆ, ਅਸੀਂ ਵੀ ਬਚਪਨ 'ਚ ਬਣਾਉਂਦੇ ਰਹੇ ਹਾਂ, ਨਹੀਂ ਸਮਝ ਨਹੀਂ ਸੀ, ਮੈਨੂੰ ਮੰਨਣ 'ਚ ਕੋਈ ਇਹਦੇ 'ਚ ਸ਼ਰਮ ਨਹੀਂ, ਕੋਈ ਸਮਝ ਨਹੀਂ ਸੀ। ਮਾਤਾ ਪਿਤਾ ਸਾਡੇ ਆਪਣੇ ਪਿਤਾ ਜੀ ਅਤੇ ਮੇਰੇ, ਮੈਂ 2 ਸਾਲ ਦਾ ਸਾਂ, ਪਾਕਿਸਤਾਨ 'ਚੋਂ ਆਉਂਦੇ ਰਸਤੇ 'ਚ ਚੜ੍ਹਾਈ ਕਰ ਗਏ, ਸਾਡੇ ਮਾਤਾ ਜੀ ਆਪ ਕਹਿੰਦੇ ਸਾਨੂੰ ਵੀ ਬੇਟਾ ਅੱਜ ਰੱਖੜੀ ਹੈ, ਭੈਣਾਂ ਕੋਲੋਂ ਰੱਖੜੀ ਬਣਾਓ। ਬੜੀਆਂ ਮਿਠਾਈਆਂ ਮਿਠੂਈਆਂ ਖਵਾਈਆਂ ਜਾਂਦੀਆਂ ਸੀ, ਸਭ ਕੁਝ ਕੀਤਾ ਜਾਂਦਾ ਸੀ, ਇਹ ਤਾਂ ਬਾਅਦ ਦੇ ਵਿੱਚ ਸਮਝ ਪਈ। ਹੁਣ ਜਿਵੇਂ ਸਿੱਖ ਦੇ ਵਿੱਚ ਜਾਗਰਤੀ ਆਈ ਕਿ ਇਹ ਤਾਂ ਸਾਡਾ ਤਿਉਹਾਰ ਹੀ ਨਹੀਂ, ਹੋ ਹੀ ਨਹੀਂ ਸਕਦਾ, ਕਿਉਂਕਿ ਸਿੱਖ ਕੌਮ 'ਤੇ ਬਰਾਬਰੀ ਦਿੰਦਾ ਹੈ। ਅਤੇ ਜਿਸ ਵੇਲੇ ਭੈਣ ਰੱਖੜੀ ਬੰਨ੍ਹ ਕੇ ਇਹ ਆਸ ਕਰਦੀ ਹੈ ਕਿ ਤੂੰ ਮੇਰੀ ਰੱਖਿਆ ਕਰੇਗਾ, ਤਾਂ ਬਰਾਬਰੀ ਤਾਂ ਖਤਮ ਹੋ ਗਈ, ਬਰਾਬਰੀ ਕਿੱਥੇ ਰਹਿ ਗਈ? ਨਾਲੇ ਕੀ ਇਹ ਭੈਣ ਭਰਾ ਦੇ ਸੰਬੰਧ ਦਾ, ਪਿਆਰ ਦਾ ਇੱਕ ਕੰਟਰੈਕਟ ਹੈ ਜਿਹੜਾ ਸਾਲ ਵਾਸਤੇ ਕੀਤਾ ਜਾਂਦਾ ਅਤੇ ਸਾਲ ਬਾਅਦ ਦੁਬਾਰਾ ਰਿਨਿਊ ਕਰਨਾ, ਵੀ ਇਹਦੀ ਐਕਸਪਾਇਰੀ ਜਿਹੜੀ ਹੈ ਸਾਲ ਬਾਅਦ ਹੈ, ਸਾਲ ਬਾਅਦ ਦੁਬਾਰਾ ਇਹਨੂੰ ਰਿਨਿਊ ਕਰਨਾ? ਐਸਾ ਤਾਂ ਨਹੀਂ ਹੋ ਸਕਦਾ ਨਾ। ਕੀ ਭੈਣ ਭਰਾ ਨੂੰ ਆਪਣੇ ਪਿਆਰ ਨੂੰ ਸਾਬਤ ਕਰਨ ਦੇ ਵਾਸਤੇ ਹਰ ਸਾਲ ਕੋਈ ਇਮਤਿਹਾਨ ਦੇਣਾ ਜ਼ਰੂਰੀ ਹੈ? ਸਿੱਖ ਨਾਲ ਦਾ ਮੇਲ ਨਹੀਂ। ਹੁਣ ਜਿਸ ਵੇਲੇ ਵੇਖਿਆ ਕਿ ਸਿੱਖਾਂ ਦੇ ਵਿੱਚ ਜਾਗਰਤੀ ਆ ਰਹੀ ਹੈ, ਇੱਕ ਬ੍ਰਾਹਮਣਵਾਦੀ ਕੰਸੈਪਟ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ, ਇੱਕ ਫੋਟੋ ਛਾਪ ਦਿੱਤੀਆਂ ਗਈਆਂ ਜਿਹਦੇ ਵਿੱਚ ਬੇਬੇ ਨਾਨਕੀ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਰੱਖੜੀ ਬੰਨ੍ਹ ਰਹੇ ਨੇ, ਪੇਂਟਿੰਗ ਬਣਾ ਦਿੱਤੀਆਂ ਗਈਆਂ, ਪੇਂਟਿੰਗ ਬਣਾ ਕੇ ਬਾਜ਼ਾਰ ਦੇ ਵਿੱਚ ਲਿਆ ਦਿੱਤੀਆਂ ਗਈਆਂ। ਮੈਂ ਪਤਾ ਨਹੀਂ ਸੈਂਕੜੇ ਸਿੱਖ ਪਰਿਵਾਰਾਂ ਦੇ ਘਰਾਂ ਦੇ ਵਿੱਚ ਲੱਗੀਆਂ ਹੋਈਆਂ ਵੇਖੀਆਂ ਨੇ ਕਿ ਬੇਬੇ ਨਾਨਕੀ ਜਿਹੜੀ ਰੱਖੜੀ ਬੰਨ੍ਹ ਰਹੇ ਨੇ। ਰੱਖੜੀ ਬੰਨ੍ਹਣ ਦਾ ਤਿਉਹਾਰ ਹੀ ਜਿਹੜਾ ਇਹ 18ਵੀਂ ਸਦੀ ਦੇ ਅੰਤ ਦੇ ਵਿੱਚ ਸ਼ੁਰੂ ਹੋਇਆ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਹੈ ਹੀ ਨਹੀਂ ਸੀ, ਅਤੇ ਫਿਰ ਕਿਹੜੀ ਬੇਬੇ ਨਾਨਕੀ ਕਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਰੱਖੜੀ ਬੰਨ੍ਹਦੀ ਸੀ ਜਿਹਦੀਆਂ ਫੋਟੋ ਬਣਾ ਦਿੱਤੀਆਂ ਗਈਆਂ? ਇਹ ਫੋਟੋ ਦਾ ਟ੍ਰੈਂਡ ਏਡਾ ਖਤਰਨਾਕ ਹੈ ਔਰ ਸਭ ਤੋਂ ਵੱਡਾ ਇਹਦੇ ਵਿੱਚ ਜਿਹੜੀ ਕਸਰ ਹੈ ਕਿ ਸ਼ਬਦ ਗੁਰੂ ਨਾਲੋਂ ਤੋੜ ਦਿੰਦਾ ਹੈ। ਜਿਹੜਾ ਫੋਟੋਆਂ ਦੇ ਵਿੱਚ ਉਲਝ ਗਿਆ, ਜਿਹੜਾ ਚਿਹਰਿਆਂ ਦੇ ਵਿੱਚ ਉਲਝ ਗਿਆ, ਉਹ ਸਮਝ ਲਓ ਸ਼ਬਦ ਗੁਰੂ ਨਾਲੋਂ ਜਿਹੜਾ ਨਾ ਟੁੱਟਣਾ ਸ਼ੁਰੂ ਹੋ ਗਿਆ, ਸ਼ਬਦ ਗੁਰੂ ਨਾਲੋਂ ਦੂਰੀ ਹੋਣੀ ਸ਼ੁਰੂ ਹੋ ਗਈ।